ਹੈਲੋ ਸਟੂਡੈਂਟਸ ਸਾਰੇ ਬੱਚਿਆਂ ਦਾ ਮੇਰੀ ਕਲਾਸ 'ਚ ਬਹੁਤ ਬਹੁਤ ਸਵਾਗਤ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਅੱਜ ਕਰਨਾ ਹੈ ਕਲਾਸ 9th ਦੀ ਐਕਸਰਸਾਈਜ਼ 13.2 ਦਾ ਕੁਐਸਚਨ ਨੰਬਰ 4 13.2 ਨੰਬਰੀ ਹੈ ਜਿਹੜੀ ਉਹਦਾ ਚੌਥਾ ਕੁਐਸਚਨ ਕਰਨਾ ਅਸੀਂ ਚੌਥੇ ਕੁਐਸਚਨ ਦੀ ਰਕਮ ਸਾਡੇ ਕੋਲ ਹੈਗੀ ਹੈ ਇੱਕ ਰੋਲਰ ਦਾ ਵਿਆਸ 84 ਸੈਂਟੀਮੀਟਰ ਹੈ ਅਤੇ ਉਚਾਈ 120 ਸੈਂਟੀਮੀਟਰ ਹੈ ਇੱਕ ਖੇਡ ਦੇ ਮੈਦਾਨ ਨੂੰ ਇੱਕ ਵਾਰ ਸਮਤਲ ਕਰਨ ਲਈ 500 ਚੱਕਰ ਲਗਾਉਣੇ ਪੈਂਦੇ ਹਨ ਖੇਡ ਦੇ ਮੈਦਾਨ ਦੀ ਮੀਟਰ ਸਕਰ ਵਿੱਚ ਜਾਨੀ ਕਿ ਵਰਗ ਮੀਟਰਾਂ ਵਿੱਚ ਖੇਤਰਫਲ ਪਤਾ ਕਰੋ ਠੀਕ ਹੈ ਇੰਗਲਿਸ਼ ਦੇਖੋ ਦਾ ਡਾਇਮੀਟਰ ਆਫ ਅ ਰੋਲਰ ਇਸ 84 ਸੈਂਟੀਮੀਟਰ ਐਂਡ ਇਟਸ ਲੈਂਥ ਇਸ 120 ਸੈਂਟੀਮੀਟਰ ਇਟ ਟੇਕਸ 500 ਕੰਪਲੀਟ ਰੈਵੋਲੂਸ਼ਨਸ ਟੂ ਮੂਵ ਵਾਂਸ ਓਵਰ ਟੂ ਲੈਵਲ ਆ ਪਲੇਗਰਾਉਂਡ ਫਾਈਂਡ ਦਾ ਏਰੀਆ ਆਫ ਦਾ ਪਲੇਗਰਾਉਂਡ ਇਨ ਮੀਟਰ ਸਕਰ ਠੀਕ ਹੈ ਮੀਟਰ ਸਕਰ ਅੰਡਰਲਾਈਨ ਕੀਤਾ ਮੈਂ ਕਿਉਂ ਕੀਤਾ ਕਿਉਂਕਿ ਸਾਨੂੰ ਇਹਦੀਆਂ ਡਾਈਮੈਂਸ਼ਨਸ ਜਿਹੜੀਆਂ ਨਾ 84 ਸੈਂਟੀਮੀਟਰ ਤੇ 120 ਸੈਂਟੀਮੀਟਰ ਰੋਲਰ ਦੀਆਂ ਇਹ ਸੈਂਟੀਮੀਟਰਾਂ ਚ ਦਿੱਤੀਆਂ ਹੋਈਆਂ ਬਟ ਏਰੀਆ ਸੀਮੀਟਰ ਸਕਰ ਵਿੱਚ ਪਤਾ ਕਰਨਾ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਨੂੰ ਮੀਟਰ ਚ ਕਨਵਰਟ ਕਰਨਾ ਪੈਣਾ ਹੈ ਉਸ ਤੋਂ ਬਾਅਦ ਫਿਰ ਅਸੀਂ ਏਰੀਆ ਕਿਸ ਤਰ੍ਹਾਂ ਪਤਾ ਕਰਨਾ ਇਹ ਅਸੀਂ ਕੁਐਸਚਨ ਚ ਦੇਖਦੇ ਆਂ ਦੇਖੋ ਇੱਕ ਰੋਲਰ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਤੁਸੀਂ ਆਮ ਦੇਖਿਆ ਹੋਵੇਗਾ ਸੜਕਾਂ ਦੇ ਉੱਤੇ ਜਦੋਂ ਸੜਕਾਂ ਬਣਦੀਆਂ ਤੇ ਸੜਕ ਨੂੰ ਸਮਤਲ ਕਰਨ ਲਈ ਲੈਵਲ ਕਰਨ ਲਈ ਉਹਦੇ ਟੋਏ ਟਿੱਬੇ ਬਰਾਬਰ ਕਰਨ ਲਈ ਇਦਾਂ ਦਾ ਰੋਲਰ ਜਿਹੜਾ ਵਰਤਿਆ ਜਾਂਦਾ ਇਹਦੇ ਵਿੱਚ ਰੋਲਰ ਸਿਰਫ ਇਹੀ ਚੀਜ਼ ਆ ਇਹ ਰੋਲਰ ਆ ਠੀਕ ਹੈ ਇਹ ਲੰਬਾਈ ਰੋਲਰ ਦੀ ਸਾਨੂੰ 120 ਸੈਂਟੀਮੀਟਰ ਦਿੱਤੀ ਹੈ ਠੀਕ ਹੈ ਤਾਂ ਇਹਦਾ ਜਿਹੜਾ ਸਾਨੂੰ ਡਾਇਮੀਟਰ ਦਿੱਤਾ ਆ ਇਹ ਡਾਇਮੀਟਰ ਹੁੰਦਾ ਠੀਕ ਇਹ ਡਾਇਮੀਟਰ 84 ਸੈਂਟੀਮੀਟਰ ਦਿੱਤਾ ਠੀਕ ਹੈ ਇਹ ਦੋ ਚੀਜ਼ਾਂ ਨੂੰ ਲੈ ਕੇ ਅਸੀਂ ਉਸ ਖੇਤ ਦਾ ਖੇਤਰਫਲ ਪਤਾ ਕਰਨਾ ਜਿਹਨੂੰ ਸਮਤਲ ਕਰਨ ਲਈ ਇਸ ਰੋਲਰ ਨੂੰ 500 ਚੱਕਰ ਲਾਣਾ ਪੈਂਦਾ ਠੀਕ ਹੈ ਹੁਣ ਚੱਕਰ ਕਿੱਦਾਂ ਲੱਗਦਾ ਰੋਲਰ ਦਾ ਇਹ ਅਸੀਂ ਦੇਖੀਏ ਇਹ ਦੇਖੋ ਇਹ ਰੋਲਰ ਹੈ ਠੀਕ ਹੈ ਇਹਦੀ ਵਰਕਿੰਗ ਕੀ ਹੈਗੀ ਆ ਕਿ ਇਸ ਤਰ੍ਹਾਂ ਰੋਲਰ ਹੈਗਾ ਮੈਂ ਇੱਥੇ ਇਹਦੇ ਨਿਸ਼ਾਨ ਲਾਇਆ ਇੱਕ ਮੈਂ ਨਿਸ਼ਾਨੇ ਦੇ ਇੱਧਰ ਲਾਤਾ ਇਹਦੀ ਲਾਈਨ ਉੱਪਰ ਇਹ ਚੱਲਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਚੱਲਦਾ ਚੱਲੀ ਜਾ ਰਿਹਾ ਠੀਕ ਹੈ ਇਸੇ ਤਰ੍ਹਾਂ ਚੱਲਦਾ ਨਾ ਰੋਲਰ ਉਹਦੇ ਤੇ ਸੜਕ ਦੇ ਉੱਤੇ ਤੁਸੀਂ ਦੇਖਿਆ ਹੋਗਾ ਕਦੀ ਇਦਾਂ ਇਹ ਰੋਲਰ ਜਿਹੜਾ ਖੇਤ 'ਚ ਚੱਲਦਾ ਪਿਆ ਉਹਨੂੰ ਸਮਤਲ ਕਰਨਾ ਇਹਦੀ ਲਾਈਨ ਇਹ ਉੱਪਰ ਦੁਆਰ ਆ ਗਈ। ਅਸੀਂ ਇੱਥੇ ਨਿਸ਼ਾਨ ਲਾ ਲੈਨੇ ਆ। ਠੀਕ ਹੈ? ਇੱਧਰ ਵੀ ਇਹਦੇ ਇੱਥੇ ਨਿਸ਼ਾਨ ਹੋ ਗਿਆ ਇਹਦੇ ਸਾਹਮਣੇ। ਹੁਣ ਇਹਨੇ ਇੱਕ ਚੱਕਰ ਦੇ ਵਿੱਚ ਇਹਨਾ ਵੱਡਾ ਏਰੀਆ ਜਿਹੜਾ ਉਹ ਸਮਤਲ ਕਰ ਦਿੱਤਾ। ਠੀਕ ਹੈ? ਜਿਸ ਲੰਘ ਗਿਆ ਇੱਕ ਵਾਰੀ ਚ ਇਹਨਾ ਏਰੀਆ ਨੇ ਸਮਤਲ ਕਰ ਦਿੱਤਾ। ਤੇ ਇਹ ਸਮਤਲ ਹੋ ਕੇ ਸਾਡੇ ਕੋਲ ਇੱਕ ਆਇਤ ਆ ਗਈ। ਆਇਤ ਕਿੱਦਾਂ ਬਣੀ? ਇਹਦਾ ਜਿਹੜਾ ਕੀ ਸੀਗਾ ਇਹ ਕਵਰਡ ਸਰਫੇਸ ਏਰੀਆ। ਠੀਕ ਹੈ ਨਾ ਸਰਕਲ ਪੂਰਾ ਦਾ ਪੂਰਾ ਜਿਸ ਲੇ ਕੋ ਮਗਾਇਦਾ ਤਾਂ ਇਹ ਸਾਡਾ ਕਰਵ ਸਰਫੇਸ ਏਰੀਆ ਦਾਣਾ ਕਿ ਦਾ ਸਿਲੰਡਰ ਦਾ ਸਿਲੰਡਰ ਜਾਨੀ ਕਿ ਇਹ ਰੋਲਰ ਜਿਆ ਰੋਲਰ ਦਾ ਹੁਣ ਅਸੀਂ ਕੀ ਪਤਾ ਕਰਨਾ ਰੋਲਰ ਦੀ ਕਰਵ ਸਰਫੇਸ ਦਾ ਏਰੀਆ ਜਾਨੀ ਕਿ ਵਕਰਸਤ ਦਾ ਖੇਤਰਫਲ ਇੱਕ ਚੱਕਰ ਦੇ ਵਿੱਚ ਜਨਾ ਖੇਤਰਫਲ ਉਹਨੇ ਲੈਵਲ ਕੀਤਾ ਤੇ 500 ਚੱਕਰਾਂ ਚ ਕਿੰਨਾ ਹੋ ਜਾਏਗਾ ਉਹ ਖੇਤ ਦਾ ਖੇਤਰਫਲ ਹੋ ਜਾਣਾ ਠੀਕ ਹੈ ਪਹਿਲਾਂ ਅਸੀਂ ਇੱਕ ਚੱਕਰ ਦਾ ਖੇਤਰਫਲ ਪਤਾ ਕਰਦੇ ਹਾਂ ਹੁਣ ਇਹ ਦੇਖੋ ਲੈਂਥ ਲਿਖੀ ਹੋਈ 120 ਸੈਂਟੀਮੀਟਰ ਇਹਦਾ ਡਾਇਮੀਟਰ ਜਾਂ ਵਿਆਸ ਜਿਹੜਾ 84 ਸੈਂਟੀਮੀਟਰ ਆ ਤੇ ਏਰੀਆ ਦਾ ਪਤਾ ਕਰਨਾ ਸੀ ਮੀਟਰ ਸਕਰ ਦੇ ਵਿੱਚ ਪਹਿਲਾਂ ਅਸੀਂ ਪੰਜਾਬੀ ਚ ਕਰ ਲੈਨੇ ਸੋ ਤੁਮ ਨੂੰ ਰੋਲਰ ਦਾ ਵਿਆਸ ਰੋਲਰ ਦਾ ਵਿਆਸ ਹੈਗਾ ਸਾਡੇ ਕੋਲ 84 ਸੈਂਟੀਮੀਟਰ ਠੀਕ ਹੈ ਤਾਂ ਅਰਧ ਵਿਆਸ ਇਹਦਾ ਕਿੰਨਾ ਹੋ ਜਾਏਗਾ ਸਾਨੂੰ ਅਰਧ ਵਿਆਸ ਦੀ ਲੋੜ ਪੈਣੀ ਨਾ ਅਰਧ ਵਿਆਸ ਦਾ ਮਤਲਬ ਵਿਆਸਤਾ ਦਾ ਠੀਕ ਹੈ 84 2 ਜਿਹਨੂੰ ਅਸੀਂ ਆਰ ਬੋਲਦੇ ਹਾਂ ਹਨਾ 2 1 2 2 4 8 ਤੇ 2 2 4 ਇਹ ਆ ਗਿਆ 42 ਸੈਂਟੀਮੀਟਰ ਹੁਣ ਅਸੀਂ ਇਹਦੇ ਮੀਟਰ ਬਣਾਣੇ ਇਹ ਸਾਡੇ ਕੋਲ ਵੰਡਣਗੇ 42 100 100 ਨਾਲ ਭਾਗ ਕਰਾਂਗੇ ਤੇ ਸਾਡੇ ਬਣਣੇ ਮੀਟਰ ਮੈਂ ਇਹਨੂੰ ਕੱਟ ਨਹੀਂ ਰਹੀ ਹਿੰ ਤੱਕ ਕੱਟ ਤਾਂ ਜਾਣਾ ਇਹਨੇ ਦੋ ਦੇ ਨਾਲ ਪਰ ਮੈਂ ਨਹੀਂ ਕੱਟ ਰਹੀ ਕਿਉਂਕਿ ਜਿਸਲੇ ਅਸੀਂ ਇਹਦਾ ਏਰੀਆ ਪਤਾ ਕਰਨਾ ਏਰੀਆ ਪਤਾ ਕਰਕੇ ਇਹਨੂੰ 500 ਨਾਲ ਮਲਟੀਪਲਾਈ ਕਰਾਂਗੇ ਤਾਂ 100 ਥੱਲੇ ਕੱਟਿਆ ਜਾਣਾ ਠੀਕ ਐ ਬਾਅਦ ਚ ਕਰਾਂਗੇ ਇਹਨਾਂ ਨੂੰ ਅੱਛਾ ਹੁਣ ਇਹ ਸਾਡਾ ਆ ਗਿਆ ਇਹਦਾ ਅਰਧ ਵਿਆਸ ਅਰਧ ਵਿਆਸ ਨੂੰ ਅਸੀਂ ਕਾਹਦੇ ਨਾਲ ਲਿਖਦੇ ਆਂ ਇੰਗਲਿਸ਼ ਦੇ ਵਿੱਚ ਆਰ ਦੇ ਨਾਲ ਜਨ ਕਿ ਰੇਡੀਅਸ ਹੁੰਦਾ ਹੈ ਹੁਣ ਰੋਲਰ ਦੀ ਲੰਬਾਈ ਕਿੰਨੀ ਆ ਰੋਲਰ ਦੀ ਲੰਬਾਈ ਲੰਬਾਈ ਉਹਦੀ 120 ਸੈਂਟੀਮੀਟਰ ਆ ਇਹਦੇ ਅਸੀਂ ਮੀਟਰ ਬਣਾਵਾਂਗੇ ਤਾਂ 120 ਵਟਾ 100 ਮੀਟਰ ਬਣ ਗਿਆ 0 0 ਕੱਟ ਗਈ ਸਾਡੇ ਕੋ ਆ ਗਿਆ 12 ਵਟਾ 10 ਮੀਟਰ ਠੀਕ ਹੈ 12 ਵਟਾ 10 ਮੀਟਰ ਦੀ ਲੰਬਾਈ ਹੋ ਗਈ ਹੁਣ ਰੋਲਰ ਦੀ ਬਕਰ ਸਤਾ ਦਾ ਖੇਤਰਫਲ ਰੋਲਰ ਦੀ ਬਕਰ ਸਤ ਦਾ ਖੇਤਰਫਲ ਕੀ ਹੋਏਗਾ ਉਹਦਾ ਫਾਰਮੂਲਾ ਹੈਗਾ ਰੋਲਰ ਦੀ ਬਕਰ ਸਤ ਦਾ ਖੇਤਰਫਲ ਕੀ ਹੋਏਗਾ ਉਹਦਾ ਅਸੀਂ ਫਾਰਮੂਲਾ ਲਿਖਾਂਗੇ 2 ਪਾਈ r h ਇਹੀ ਹੁੰਦਾ ਹੁਣ 2 ਤਾਂ ਦੋ ਹੀ ਜਾਣੇ ਆ ਪਾਈ ਸਾਡੀ 22/7 ਹੁੰਦੀ ਹੈ r ਸਾਡਾ ਕਿੰਨਾ ਆ ਗਿਆ ਇੱਥੇ 42/100 h ਜਨਿਕ ਇਹਦੀ ਲੰਬਾਈ ਜਾਂ ਹਾਈਟ 12/10 ਇਹ ਸਾਡਾ ਹੁਣ ਹੋ ਜਾਣਾ ਮੀਟਰ ਸਕਰ 742 ਠੀਕ ਹੈ 212 25 10 ਇਹ 100 ਮੈਂ ਫੇਰ ਨਹੀਂ ਕੱਟ ਰਹੀ ਹਲੇ ਤੱਕ ਮੈਨੂੰ ਪਤਾ ਹੈ 100 500 ਹੋ ਕੇ ਇਹ 5 ਉਹਦੇ 500 ਦੇ ਨਾਲ ਕੱਟਿਆ ਜਾਣਾ ਜਦੋਂ ਅਸੀਂ 500 ਕਿਡੇ ਕੱਢਨੇ ਇਹਦੇ ਇਹ ਇੱਕ ਚੱਕਰ ਦਾ ਇੱਕ ਚੱਕਰ ਵਿੱਚ ਸਮਤਲ ਕੀਤੀ ਸਤ੍ਹਾ ਦਾ ਖੇਤਰਫਲ ਇਹ ਆਇਆ ਠੀਕ ਹੈ ਰੋਲਰ ਦੀ ਬਕਰ ਸਤ੍ਹਾ ਦਾ ਖੇਤਰਫਲ ਇਹਨੂੰ ਕੀ ਲਿਖਾਂਗੇ ਇੱਕ ਚੱਕਰ ਵਿੱਚ ਸਮਤਲ ਕੀਤੀ ਜ਼ਮੀਨ ਦਾ ਖੇਤਰਫਲ ਠੀਕ ਹੈ ਇੱਕ ਚੱਕਰ ਚ ਕਿੰਨੀ ਜ਼ਮੀਨ ਨੂੰ ਸਮਤਲ ਕਰਦਾ ਹੈ 22 6 12 ਠੀਕ ਹੈ ਇਹਨੂੰ ਬਾਅਦ ਚ ਅਸੀਂ ਕਰ ਲੈਨੇ ਹਾਂ 22 6 12 ਕਿੰਨਾ ਆਣਾ 100 5 500 ਠੀਕ ਹੈ ਐਨਮੀਟਰ ਸਕੇਅਰ ਹੁਣ ਇੱਕ ਚੱਕਰ ਚ ਇੰਨਾ ਕਰਦਾ 500 ਚੱਕਰਾਂ ਚ ਕਿੰਨਾ ਕਰੇਗਾ ਠੀਕ ਹੈ ਹੁਣ ਅਸੀਂ ਇੱਥੋਂ ਇਹ ਪਤਾ ਕਰ ਲਾਂਗੇ 500 ਚੱਕਰਾਂ ਵਿੱਚ ਸਮਤਲ ਕੀਤੀ ਜ਼ਮੀਨ ਦਾ ਖੇਤਰਫਲ ਬਰਾਬਰ ਹੁਣ ਇੱਕ ਨੂੰ ਅਸੀਂ 500 ਨਾਲ ਮਲਟੀਪਲਾਈ ਕਰ ਦਾਂਗੇ 22 6 12 ਬਟਾ 500 ਗੁਣਾ 500 ਠੀਕ ਹੈ ਹੁਣ 500 ਦਾ 500 ਕੱਟ ਗਏ ਇਹਨਾਂ ਨੂੰ ਅਸੀਂ ਹੁਣ ਗੁਣਾ ਕਰ ਲਾਂਗੇ 12 72 ਹੁੰਦਿਆ 72 ਨੂੰ 22 ਨਾਲ ਅਸੀਂ ਗੁਣਾ ਕਰ ਲਾਂਗੇ 2 2 4 2 7 14 4 4 8 5 1500 84 ਮੀਟਰ ਸਕਰ ਇਨ ਆਰੀਆ ਸਿਓਸ ਪ੍ਰੀ ਗਰਾਉਂਡ ਦਾ ਜਿਹਦੇ ਤੇ ਉਹਨੂੰ 500 ਚੱਕਰ ਲਗਾਣੇ ਪਏ ਠੀਕ ਹੈ ਹੁਣ ਇਹਨੂੰ ਇੰਗਲਿਸ਼ ਮੀਡੀਅਮ ਚ ਵੀ ਕਰ ਲੈਣੇ ਆ ਅਸੀਂ ਕੀ ਲਿਖਾਂਗੇ ਡਾਇਮੀਟਰ ਆਫ ਰੋਲਰ ਇਕੁਅਲ ਟੂ 84 ਸੈਂਟੀਮੀਟਰ ਰੇਡੀਅਸ ਆਫ ਰੋਲਰ 84 ਨੂੰ ਡਿਵਾਈਡ ਕਰਾਂਗੇ ਅਸੀਂ 2 ਨਾਲ ਤਾਂ ਸਾਡੇ ਕੋਲ ਆਣਾ 42 ਸੈਂਟੀਮੀਟਰ ਇਹਨੂੰ ਅਸੀਂ ਮੀਟਰ ਚ ਕਨਵਰਟ ਕਰਨਾ 42 100 ਮੀਟਰ ਓਕੇ ਇਹ ਸਾਡਾ r ਹੈ ਰੇਡੀਅਸ ਹੁਣ ਲੈਂਥ ਆਫ ਰੋਲਰ ਰੋਲਰ ਦੀ ਲੈਂਥ 120 ਸੈਂਟੀਮੀਟਰ ਹੈ 120 ਸੈਂਟੀਮੀਟਰ ਨੂੰ ਅਸੀਂ ਮੀਟਰ ਚ ਕਨਵਰਟ ਕਰਾਂਗੇ अपॉन हंड्रेड हो जाएगा जीरो जीरो कट के बारह बटा दस मीटर होगा कर्व सरफेस एरिया ऑफ रोलर इज इक्वल टू टू पाई आर एच ठीक है दो तो दो हो गए बै बटा सत्त आर साढ़े को 42 upon 100 ਤੇ ਐਚ ਸਾਡੇ ਕੋਲ ਹੋ ਗਿਆ 12/10 ਤੇ ਹੋ ਜਾਣਾ ਮੀਟਰ ਸਕਰ ਠੀਕ ਹੈ ਏਰੀਆ ਲੇਵਲਡ ਇਨ ਵਨ ਰੈਵਲੂਸ਼ਨ ਇਕੁਅਲ ਟੂ ਇਹ ਹੋ ਜਾਏਗਾ ਸਾਡੇ ਕੋਲ ਇਹਨੂੰ ਅਸੀਂ ਸੋਲਵ ਕਰ ਲਾਂਗੇ 76 42 ਤਾਂ 212 25 10 ਇਹ ਸਾਡੇ ਕੋਲ ਹੈ ਨਾ 22 इंटु 6 इंटु 12 22 6 12 100 5 500 मीटर स्क्वायर एरिया लेवलड इन 500 ਰੈਵੋਲੂਸ਼ਨਸ ਇਨ 500 ਮਲਟੀਪਲਾਈ ਕਰ ਲਾਂਗੇ ਅਸੀਂ इंटू ट्वेल्व अपॉन फाइव हंड्रड इंटू फाइव हंडरड एक कट गया तो एरिया साढ़ा कि जेगा यू असं मल्टीप्लाई करके पहला देख चुके हैं कि वन थाउजेंड फाइव हंड्रड एर मीटर स्वेयर दिस इज अवर आंसर ठीक है ये सान जो हूँ ये क्वेश्चन हूँ कंप्लीट हो गया यह साप्लीट हो गया नैक्सट क्वेश्चन लिए असं अगली विडियो मिलोंगे टिल दैन बाय बाय